ਸਸ ਸਾਰਾ ਬੱਚੋ ਕਲਾਸ 10ਵੀਂ ਸਵਾਗਤ ਹੈ ਤੁਹਾਡਾ ਆਸ ਕਰਦਾ ਹਾਂ ਕਿ ਤੁਸੀਂ ਆਹ ਲੈਸਨ ਪੂਰੀ ਚੰਗੀ ਤਰ੍ਹਾਂ ਪੜ੍ਹ ਲਿਆ ਲਿੱਤਾ ਹੋਊਗਾ ਤੇ ਅੱਜ ਮੈਂ ਇਹਦੇ ਕੁਐਸਚਨ ਆਨਸਰ ਕਰਾਉਣ ਜਾ ਰਿਹਾ ਰੋਹਿਤ ਨੂੰ ਕਿਹੜੀ ਸਵਾਰੀ ਕਰਕੇ ਮਜ਼ਾ ਆ ਰਹੀਆ ਸੀ ਤੁਸੀਂ ਪੂਰਾ ਲਿਖਣਾ ਬੇਟਾ ਰੋਹਿਤ ਨੂੰ ਟਾਂਗੇ ਦੀ ਸਵਾਰੀ ਕਰਕੇ ਮਜ਼ਾ ਆ ਰਹੀਆ ਸੀ ਤੇ ਦੂਜਾ ਕੁਐਸਚਨ ਆ ਗਿਆ विच सवार अधखड़ व्यक्ति कितना का जम टांगे विच सवार अधखड़ व्यक्ति जलंधर दम ये जलंधर दा नहीं लिखना बेटा आपने पूरा आपने आधा क्वेश्चन आंसर है जो आपका उत्तर है आधा क्वेश्चन में से उठाना है जैसे मैं बोल रहा हूँ रोहित दी सब तो पहला प्रु... ਪ੍ਰਾਉਨਚਾਰੀ ਕਿਸ ਨੇ ਤੇ ਕਿਵੇਂ ਕੀਤੀ ਕਿਸ ਨੇ ਕੀਤੀ ਜੇ ਤੁਸੀਂ ਲੈਸਨ ਪੜ੍ਹਿਆ ਹੋਗਾ ਤਾਂ ਤੁਹਾਨੂੰ ਪਤਾ ਹੋਊਗਾ ਇੱਕ ਦੁਕਾਨਦਾਰ ਨੇ ਜੋ ਕਿ ਜਲੰਧਰ ਦਾ ਹੀ ਰਹਿਣ ਵਾਲਾ ਸੀ ਕਿਸ ਨੇ ਕੀਤੀ ਤੁਸੀਂ ਲੈਸ ਇਸ ਕੁਐਸਚਨ ਚ ਜੁਕਗੇ ਰੋਹਿਤ ਇਹ ਸਭ ਤੋਂ ਪਹਿਲਾਂ ਪ੍ਰਾਉਨਚਾਰੀ ਇੱਕ ਦੁਕਾਨਦਾਰ ਨੇ ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ ਉਸ ਨੇ ਕੀਤੀ ਦੋਦੀ ਪਰਿਵਾਰ ਨਾਲ ਰੋਹਿਤ ਦੇ ਪਰਿਵਾਰ ਦੀ ਕਿਹੋ ਜਿਹੀ ਸਾਂਝ ਸੀ ਲਾਹੌਰ ਆ ਕੇ ਰੋਹਿਤ ਨੂੰ ਕਿਸ ਪਰਿਵਾਰ ਨਾਲ ਮਿਲ ਕੇ ਕੀ ਮਹਿਸੂਸ ਹੋਇਆ ਚੌਥਾ ਕਸ਼ਨ ਆਇਆ ਸਾਡੇ ਆਨਸਰ ਇਹਦਾ ਦੋਦੀ ਪਰਿਵਾਰ ਨਾਲ ਰੋਹਿਤ ਦੀ ਪਰਿਵਾਰ ਦੀ ਬੜੀ ਡੂੰਗੀ ਸਾਂਝੀ ਦੋਦੀ ਪਰਿਵਾਰ ਨਾਲ ਰੋਹਿਤ ਦੇ ਪਰਿਵਾਰ ਨਾਲ ਬੜੀ ਡੂੰਗੀ ਸਾਂਸੀ ਲਾਹੌਰ ਆ ਕੇ ਇਸ ਪਰਿਵਾਰ ਨੂੰ ਮਿਲ ਕੇ ਰੋਹਿਤ ਨੂੰ ਆਪਣੇ ਘਰ ਵਰਗਾ ਮਹਿਸੂਸ ਹੋਇਆ ਕਿਸੇ ਜੋ ਦੋਦੀ ਦਾ ਪਰਿਵਾਰ ਸੀ ਉਹਨਾਂ ਦੇ ਨਾਲ ਰੋਇ ਰੋਇ ਦੀ ਪਰਿਵਾਰ ਦੀ ਬੜੀ ਡੂੰਗੀ ਬਹੁਤ ਅੱਛੀ ਬਹੁਤ ਗੂੜੀ ਸਾਂਝ थी ਲਾਹੌਰ ਆ ਕੇ ਇਸ ਪਰਿਵਾਰ ਨੂੰ ਮਿਲ ਕੇ ਰੋਹਿਤ ਨੂੰ अपने घर वर्गा महसूस अपने दादे पुश्तैनी मकान पहुँच के रोहित नाल की घटना वापरी अपने शब्दों में लिखो और जो आपने बेटा कहानी को अच्छी तरह पढ़ा तो आप अपने शब्दों में लिख सकते हो या आप भी लिख सकते हो रोहित पुश्तैनी मकान परवेस सी रोहित अपने चाचा नाल मकान देखण गया कौन रहता था उसके मकान में प्रवेश रहता था और रोहित अपने चाचा के साथ वो मकान देखने गया ਚਾਚੇ ਨੇ ਦਸੀਆ ਕਿ ਇਹ ਉਸ ਦਾ ਭਤੀਜਾ ਹੈ ਤੇ ਜਲੰਧਰੋਂ ਆਇਆ ਹੈ ਉਸ ਨੂੰ ਵੇਖਦਿਆਂ ਹੀ ਪ੍ਰਵੇਸ਼ ਕੜਕ ਕੇ ਬੋਲਿਆ ਉਠ ਇੱਥੇ ਪਾਜੀ ਕਿਸੇ ਥਾ ਦਾ ਤੇਰੀ ਹਿੰਮਤ ਕਿਦਾਂ ਪਈ ਇਸ ਘਰ ਵਿੱਚ ਇੰਦਾ ਆਉਣ ਦੀ ਫੇਰ ਕੁਝ ਥੇਰ ਸੇਮ ਜਾਣ ਤੋਂ ਬਾਅਦ ਉਸ ਨੇ ਉਸ ਨੂੰ ਆਪਣੇ ਜੱਫੀ ਵਿੱਚ ਲੈ ਲੀਤਾ ਅਤੇ ਰਜ ਕੇ ਪਿਆਰ ਕੀਤਾ ਟਾਂਗੇ ਵਿੱਚ ਕੌਣ-ਕੌਣ ਸਵਾਰ ਸੀ ਕੌਣ-ਕੌਣ ਸਵਾਰ ਸੀ ਟਾਂਗੇ ਵਿੱਚ ਟਾਂਗੇ ਵਿੱਚ ਕੁਝ ਔਰਤਾਂ ਤੇ ਮਰਦ ਬੈਠੇ ਸਨ ਟਾਂਗੇਵੇਂ ਕੁਝ ਔਰਤੇ ਬੈਠੀ ਹੋਈ ਸੀ ਔਰ ਕੋਈ ਮਰਦ ਬੈਠੇ ਹੋਤੇ ਉਹਨਾਂ ਚੋਂ ਕੁਝ ਵੰਡ ਵੇਲੇ ਜਲੰਧਰ ਤੇ ਲਾਹੌਰ ਆ ਗਏ ਉਨਮੇਸ਼ੇ ਕੁਝ ਤੇ ਜਲੰਧਰ से जब ہمارا ਦੇਸ਼ ਅਲਗ ਹੋਆ ਪਾਕਿਸਤਾਨ ਤੋਂ जब बटवारा हुआ देश का उनमें से कुछ लोग जलंधर आ गए थे चो एक औरत रोहित नानकिया दे पिंड दी सी और जो उनमें से एक औरत थी वो उसके रोहित के नानकिया दे पिंड की थी यानी कि जाके उसके नाने थे बुढ़ी अम्मा ने रोहित किन्नू क्यों के दिते जो बुढ़ी अम्मा थी उसने उसको किनू दे क्यों दिए ਬੁੱਢੀ ਅੰਮਾ ਰੋਹਿਤ ਦੇ ਨਨਕਾਣੀਆਂ ਦੇ ਪਿੰਡ ਦੀ ਸੀ ਜੋ ਬੁੱਢੀ ਹੋ ਰਥੇ ਉਹ ਅੰਮਾ ਦੇ ਨਨਕਾਣੀਆਂ ਦੇ ਪਿੰਡ ਦੀ ਸੀ ਇਸ ਲਈ ਉਸ ਨੂੰ ਕਿਨਵਾ ਦਾ ਥੈਲਾ ਉਸ ਨੂੰ ਫੜਾਉਂਦਿਆ ਕਿਹਾ ਫੜਾਇ ਸੀ ਕਿ ਕਹੇ ਕਿ ਕਹੇ ਸੀ ਨਾਨੇ ਦਾ ਪਿਆਰ ਲੈਂਦਾ ਜਾ ਕਿ ਜਦੋਂ ਵੀ ਅਸੀਰ ਪੋਣੀ ਨਾਨੇ ਦੇ ਘਰ ਜਾਂਦੇ ਆ ਤਾਂ ਸਾਨੂੰ ਕੁਝ ਨਾ ਕੁਝ ਦੇ ਕੇ ਭੇਜਦੇ ਆ ਇਸ ਕਰਕੇ ਉਹ ਜੋ ਕਿਨੂ ਸੀ ਜਿਹੜੇ ਉਹ ਨਾਨੀ ਦਾ ਪਿਆਰ ਸੀ ਇੱਕ ਤਰ੍ਹਾਂ ਦਾ ਤੇ ਲਾਸਟ ਕੁਸਚਨ ਹੈ ਸਾਡਾ इस कहानी तो सूँ की सिक्ख्या मिलती है तो होगा मानवी प्यार सदा अमर रही है कि भाई जो मानव का प्यार है ये हमेशा अमर रहता है देश वंड नाल नहीं वंटे जाते कि भाई देश को बांट के दिल नहीं बंटे जाते दिल्च फिर भी वह प्यार रही जो दिलों में है वह प्यार रहता है प्रवेश कहता है कि होया जे वंड वड़ाया हो गया ਕਤਬੀ ਕੀਆ ਹੋ ਗਿਆ ਜੋ ਹਮ ਇਹ ਬਾਟ ਦੇ ਦੇਸ਼ ਆਪਸ ਮੇ ਮਨੁੱਖੀ ਰਿਸ਼ਤੇ ਤਾਂ ਬਦਲ ਦੇ ਕਹਦਾ ਮਨੁੱਖੀ ਰਿਸ਼ਤੇ ਤਾਂ ਨਹੀਂ ਬਦਲਦੇ ਜੋ ਮਨੁੱਖੀ ਰਿਸ਼ਤੇ ਹੈ ਮਾਨਵ ਕੇ ਰਿਸ਼ਤੇ ਹੈ ਉਹ ਤਾਂ ਨਹੀਂ ਕਦੇ ਬਦਲਦੇ ਅੱਜ ਵੀ ਅਸੀਂ ਇੱਕ ਇਹ ਕਹਾਣੀ ਸਾਨੂੰ ਇੱਕ ਦਾਦਾ ਸੰਦੇਸ਼ ਦਿੰਦੀ ਹੈ ਤੇ ਅੱਗੇ ਵੱਟੇ ਦਾ ਅਸ਼ੁੱਧ ਤੇ ਸ਼ੁੱਧ ਹੈ ਇਹ ਵੀ ਤੁਸੀਂ ਉੱਚ ਅਗਰ ਬੁੱਕ 'ਚ ਟਾੜੀ ਥਾਂ ਦਿੱਤੀ ਹੈ ਬੁੱਕ 'ਚ ਪਰ ਲੈਣਾ ਨਹੀਂ ਫਿਰ ਕਾਪੀ 'ਚ ਕਰਨਾ ਪੈਗੀ ਅਗਰ ਬੁੱਕ 'ਚ ਜਗ੍ਹਾ ਦਿੱਤੀ ਹੈਗੀ ਤਾਂ ਬੁੱਕ 'ਚ ਨਹੀਂ ਤਾਂ ਕਾਪੀ 'ਚ ਅਦਖੜ ਅਦਖੜ ਦੱਦਾ ਨਹੀਂ ਆਏਗਾ ਤਾਂ ਦਦਾ ਆਏਗਾ ਮੁਖਾਤੀਬ ਮੁਖਾਤੀਬ ਉਹ ਵਾ ਨਹੀਂ ਆਏਗਾ ਤੇ ਉਹ ਆਏਗਾ ਜਲੰਧਰ ਬਿੰਦੀ ਨਹੀਂ ਆਏਗੀ ਟੀਪੀ ਆਈ ਬੇਟਾ लंगोटिया लंगोटिया टट्टा को बिहार बिहारी आएगी तो गग्गा को पंकड़ आएगी पंगा 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 नहीं होता बेटा पंगा होता है। सोहरत, सोहरत नहीं होता पंजाबी में सोहरत बोलते सोहरत ऊ की मात्रा आएगी मौका मौका बडे यानी कि ਪੰਡਤ ਬਿੰਦਨੀ ਆਏਗੀ ਪੰਡਤ ਟਿਪੀ ਆਏਗਾ ਬੇਟਾ ਤੇ ਪਾਠ ਦੇ ਆਧਾਰ ਦੇ ਉੱਤੇ ਇਹ ਲਿਖੇ ਮੁਹਾਵਰੇ ਨੂੰ ਵਾਕਾਂ ਵਿੱਚ ਬਦਲੋ ਗਦਗਦ ਹੋਣਾ ਗਦਗਦ ਹੋਣਾ ਹੁੰਦਾ ਹੈ ਬਹੁਤ ਖੁਸ਼ ਹੋਣਾ ਪਰ ਘਰ ਛਿਰਤੇ ਚੁਕਣਾ ਬਹੁਤ ਸੋਰ ਹੋਣਾ ਘੋੜੇ ਵੇਚ ਕੇ ਸੋਣਾ ਬੇਫਿਕਰ ਹੋ ਜਾਣਾ ਚੱਲਣ ਤੋਂ ਹੋ ਕੇ ਪੀਣਾ ਆਦਰਮਾਨ ਕਰਨਾ ਦਾਗ ਲੱਗਣਾ ਬਹੁਤ ਵੱਡੀ ਬਦਨਾਮੀ ਚਰਨ ਤੋਂ ਹੋ ਕੇ ਪੀਣਾ ਆਦਰਮਾਨ ਕਰਨਾ ਬਟੇ ਹੋ ਸਕੇ ਤੋਂ ਆਪ ਇਸ ਕੋ